ਇਹ ਗੜੀ ਲੰਘ ਕੇ ਆਉਣੀ ਆਇਆ ਪਿਛਲੀ ਉਸ ਤੋਂ ਪਿਛਲੀ ਇਹ ਅੰਬੇ ਆਉਣੀ ਹੈ ਗੱਡੀ ਉਹ ਵਿਚਕਾਰ ਦੀ ਆ ਵਿਚਕਾਰ ਦੀ ਇਹ ਆਹ ਵੱਜੀ ਉਹ ਵੱਜੀ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਦੱਸ ਦਈਏ ਕਿ ਇੱਕ ਗੱਡੀ ਹਵਾ ਦੇ ਵਿੱਚ ਉੱਡ ਕੇ ਸੜਕ ਤੋਂ ਦੂਸਰੇ ਪਾਸੇ ਜਾ ਡਿੱਗੀ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਗੱਡੀ ਦੇ ਅੱਗੇ ਇੱਕ ਬਾਈਕ ਜਾ ਰਿਹਾ ਸੀ। ਉਸ ਬਾਈਕ ਚਾਲਕ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਇਹ ਗੱਡੀ ਹਵਾ ਦੇ ਵਿੱਚ ਉੱਡਦੀ ਹੋਈ ਦਿਖਾਈ ਦਿੱਤੀ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਕਿ ਦੋ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਜੋ ਕਿ ਕਾਰ ਦੇ ਵਿੱਚ ਸਵਾਰ ਸਨ, ਤੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੈਸ਼ਨਲ ਹਾਈਵੇ ਹੈ, ਉਸਦੇ ਉੱਤੇ ਆਵਾਜਾਈ ਜੋ ਹੈ ਉਹ ਬਿਲਕੁਲ ਹੀ ਸੁਚਾਰੂ ਤਰੀਕੇ ਦੇ ਨਾਲ ਚੱਲਦੀ ਨਜ਼ਰ ਆ ਰਹੀ ਹੈ। ਪਰ ਇਸੇ ਦੇ ਵਿਚਕਾਰ ਇੱਕ ਕਾਰ ਇੱਕ ਸਾਈਡ ਤੋਂ ਦੂਸਰੀ ਸਾਈਡ 'ਤੇ ਜਾ ਕੇ ਪਲਟਦੀ ਵੀ ਦਿਖਾਈ ਦੇ ਰਹੀ ਹੈ। ਤਾਂ ਦੱਸ ਦਈਏ ਕਿ ਇੱਕ ਸਫੇਦ ਰੰਗ ਦੀ ਕਾਰ ਹੈ, ਜੋ ਕਿ ਸਾਫ਼ ਦੇਖੀ ਜਾ ਸਕਦੀ ਹੈ ਕਿ ਹਵਾ ਦੇ ਵਿੱਚ ਪਲਟ ਕੇ ਸੜਕ ਦੇ ਦੂਸਰੇ ਪਾਸੇ ਜਾ ਡਿੱਗੀ ਹੈ। ਕਿਹਾ ਜਾ ਰਿਹਾ ਕਿ ਇਸ ਗੱਡੀ ਦੇ ਅੱਗੇ ਅਚਾਨਕ ਹੀ ਬਾਈਕ ਜੋ ਹੈ ਉਹ ਆ ਜਾਂਦਾ ਹੈ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਗੱਡੀ ਉਸਨੂੰ ਬਚਾਉਣ ਦੇ ਚੱਕਰ 'ਚ ਹਵਾ ਦੇ ਵਿੱਚ ਬਾਜ਼ੀਆਂ ਖਾ ਜਾਂਦੀ ਹੈ ਅਤੇ ਕਈ ਪਲਟੀਆਂ ਖਾਂਦੀ ਹੋਈ ਸੜਕ ਦੇ ਦੂਜੇ ਪਾਸੇ ਜਾ ਡਿੱਗਦੀ ਹੈ। ਹਾਲਾਂਕਿ ਕਾਰ ਜੋ ਹੈ ਬੁਰੇ ਤਰੀਕੇ ਦੇ ਨਾਲ ਭੰਨੀ ਗਈ ਹੈ। ਇਸ ਕਾਰ ਦੇ ਵਿੱਚ ਸਵਾਰ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਇਹ ਭਿਆਨਕ ਸੜਕ ਹਾਦਸਾ ਅੰਮ੍ਰਿਤਸਰ ਜਲੰਧਰ ਨੈਸ਼ਨਲ ਹਾਈਵੇ ਦੇ ਉੱਤੇ ਵਾਪਰਿਆ, ਜਿੱਥੇ ਕਿ ਇੱਕ ਬਾਈਕ ਨੂੰ ਬਚਾਉਣ ਦੇ ਵਿੱਚ ਕਾਰ ਜੋ ਹੈ ਕਈ ਪਲਟੀਆਂ ਖਾਂਦੀ ਨਜ਼ਰ ਆਈ ਹੈ।